ਆ ਲੇਟੈਸਟ ਤਸਵੀਰ ਪਰਮੇਸ਼ ਵਰਮਾ ਜੀ ਦੀ ਫੋਟੋਜ਼ ਹਸਪਤਾਲ ਵਿੱਚੋਂ। ਅਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬੀ ਗਾਇਕ ਪਰਮੇਸ਼ ਵਰਮਾ ਇਹਨਾਂ ਨੂੰ ਸਨਿਚਰਵਾਰ ਰਾਤੀ ਕਈ ਬੰਦਿਆਂ ਨੇ ਗੋਲੀਆਂ ਦੀ ਬੁਛਾਰ ਕਰ ਦਿੱਤੀ ਸੀ ਇਹਨਾਂ 'ਤੇ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਫੋਟੋਜ਼ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ। ਤਾਂ ਹੁਣ ਆਪਾਂ ਹਾਲ ਜਾਣਦੇ ਹਾਂ ਕਿ ਇਸ ਵੇਲੇ ਕੀ ਕੰਡੀਸ਼ਨ ਹੈ ਇਹਨਾਂ ਦੀ। ਦੇਖੋ ਇਟ ਇਜ਼ ਵੈਰੀ ਡਿਫੀਕਲਟ ਟੂ ਸੇ ਕਿ ਕਦੋਂ ਰਿਲੀਜ਼ ਕਰੇਗੇ। ਜਿਹੜਾ ਹੈਗਾ ਇੱਕ ਵਾਰੀ ਸਰਜਰੀ ਹੋ ਜਾਏਗੀ ਉਹਦੇ ਬਾਅਦ ਯੂ ਨੋ ਜੋ ਰਿਕਵਰੀ ਫੇਜ਼ ਹੋਏਗਾ ਫਸਟ 24 ਟੂ 48 ਆਵਰਸ ਵਿਲ ਟੈਲ ਅਸ ਕਿ ਕਿੰਨੀ ਜਲਦੀ ਅਸੀਂ ਰਿਲੀਜ਼ ਕਰ ਸਕਦੇ। ਸਰ ਜਿਹੜੀ ਇੰਜਰੀ ਹੋਈ ਹੈ ਉਹ ਕਿੰਨੀ ਗਹਿਰੀ ਹੈ ਔਰ ਮਤਲਬ ਚੱਲਣੇ ਫਿਰਨੇ ਮੇ ਕਿਆ ਉਹ ਸਕਸ਼ਮ ਹੋਗੇ ਜਲਦ ਜਾਂ ਫਿਰ ਕੋਈ ਦਿੱਕਤ ਆਏਗੀ ਕੁਛ ਮਹੀਨੇ ਉਹਨੇ ਐਸਾ ਕੁਛ ਖਾਸ ਬਿਆਨ ਆਪਣੀ ਤਰਫ ਸੇ। ਦੇਖੋ ਇਹ ਕਹਿਣਾ ਬਹੁਤ ਮੁਸ਼ਕਿਲ ਹੈ। ਇੱਕ ਵਾਰੀ ਸਰਜਰੀ ਹੋ ਜਾਏਗੀ ਇਨੀਸ਼ੀਅਲ ਯੂ ਨੋ 48 ਘੰਟੇ ਬੀਤ ਜਾਏਗੇ ਉਹਦੇ ਬਾਅਦ ਕਹਿਣਾ ਪੋਸੀਬਲ ਹੋਏਗਾ ਕਿ ਕਿੰਨੀ ਡਿਸੇਬਿਲਿਟੀ ਹੈ ਜਾਂ ਨਹੀਂ ਹੈ ਡਿਸੇਬਿਲਿਟੀ ਇਹ ਤਾਂ ਬਾਅਦ ਵਿੱਚ ਟਾਈਮ ਨਹੀਂ ਦੱਸੇਗਾ। ਪ੍ਰੋਪਰ ਗੋਲੀ ਕਹਾਂ ਲੱਗੀ ਹੈ? ਦੋਨਾਂ ਦੇ ਨੀਂਹ ਦੇ ਅੰਦਰ ਲੱਗੀ ਹੈਗੀ ਹੈ, ਗੋਡੇ 'ਚ ਲੱਗੀ ਹੈ ਦੋਨਾਂ।